Hey guys, welcome back to our YouTube channel, Herman Beauty. अज दे कैमरामैन है गया नवी ते साडियां फोटोज वीडियोज बना रहे आ अज आपां केक कटांगे चलो सारिया सही सही फोटो करो भी आ हैगा जी बेबी का केक जेडी लैके आया सी वेलकम बेबी संधु थोड़े नाल छेती रिवील कर दे बेबी का नेम अज हुण एक एक करके अपने सारे जने फोटोज करवाउणगे केक खाणगे ठीक है जी ते हुण मासी जी मासर जी आए ने छेती इंडिया चले आ इह दो चार दिनां नूं असीं तां ही प्रोग्राम सारे पहले ही कर ले सीगे हां राजे बहुत ज्योति दीदी अमृतपाल वीर जी रन फतेह मनरीत अवनीत दोनों ट्विन्स आ शनैल देखो कितनी एक्साइटेड हुई पी पूरी खुश है ते नाल राजदीप वीर जी दीपा दीदी इंडिया गए हुए काफ़ी टाइम तो हम कल राजदीप वीर जी आए ने आ गए जी नवी नवी की फैमिली ते नाल अपना बेबी का फेस कहते थोड़ा जहाँ कवर हो पाया सगा वो कर लो एंड आ गए जी नवी की फैमिली पुनीत एंड शब्द एंड अंगद शनैल हम पूरी अख दी तो भी खड़ी है हूँ उन्हें भी अपना खेलना बच्चों के नाल हूँ असं थोड़ी जी फोटो असी करवा लग गए शब्द हुणे पुनीत नहीं भी आए थे अच्छा खोल के दिखा फिर की है देख बल्ले आ खोल के देख अगे चेक करो शाबाश वेरी वेजी सुप्रीम पिज़्ज़ा अगे देखो केड़ा केड़ा वेजी है केड़ा नॉन वेज वेजी पिज़्ज़ा वेरी गुड वो भी वेजी है अच्छा चलो ठीक है लो भी फिर शनैल तू केड़ा पिज़्ज़ा खाना है पुत केड़ा पिज़्ज़ा खावेगा केड़ा पिज़्ज़ा खावेगा है? अच्छा ले फिर दिन तेन ठीक है ओके केड़ा मुंह खाऊगा
ਐਸ ਅਸੀਂ ਨਾ ਇੰਨੇ ਜ਼ਿਆਦਾ ਬਿਜ਼ੀ ਹੋ ਗਏ ਸੀਗੇ ਤੇ ਤੁਹਾਨੂੰ ਪਤਾ ਚਲੋ ਇੰਨੇ ਦਿਨ ਹਸਪੀਟਲ ਰਿਹਾ ਤੇ ਆਪਾਂ ਗੁੜਤੀ ਹਾਂ ਪਰ ਗੁੜਤੀ ਚਲੋ ਆਪਣੇ ਹੁੰਦੀ ਆ ਹਨਾ ਅੱਧੇ ਲੋਕ ਬਲੀਵ ਨਹੀਂ ਕਰਦੇ ਪਰ ਫਿਰ ਵੀ ਆਪਾਂ ਹੁਣ ਅੱਜ ਗੁੜਤੀ ਦੇਣਗੇ ਵੀ ਨਾਨਕੇ ਨਾਨੇ ਹੁਣੀ ਠੀਕ ਹੈ ਜੀ ਤੇ ਪਿਛਲੀ ਵਾਰੀ ਸ਼ਨੈਲ ਦੀ ਦਿੱਤੀ ਸੀ ਮੰਮੀ ਨੇ ਦਾਦੀ ਨੇ ਹਨਾ ਤਾਂ ਗਈ ਹੈ ਮੰਮੀ ਤੇ ਸ਼ਨੈਲ ਤਾਂ ਗਈ ਹੈ ਮੰਮੀ ਤੇ ਇੰਨੀ ਸਿਆਣੀ ਆ ਨਾ ਨਹੀਂ ਹੋ ਗਿਆ ਇਹ ਤਾਂ ਕੁੜੀ ਤੋਂ ਨਹੀਂ ਗਈ ਸ਼ਨੈਲ ਸਹੀ ਗੱਲ ਨਹੀਂ ਪਰ ਮੰਮੀ ਸ਼ਨੈਲ ਹਾਈਟ ਤੇ ਉਹਦੇ ਵਿੱਚ ਤਾਂ ਜਾਊਗੀ ਮੰਮੀ ਤੇ ਸਿਆਣੇ ਵੀ ਜਾਊਗੀ ਸ਼ਰਾਰਤੀ ਆ ਮੰਮੀ ਸ਼ਰਾਰਤੀ ਨਹੀਂ ਹੈ ਕਿ ਕਰ ਲਾ ਕੋਣ ਤੇ ਹੁਣ ਵੀ ਮੈਂ ਤਾਂ ਬਹੁਤ ਸਿਆਣੀ ਆ ਹੁਣ ਆਪਾਂ ਦੇਖਦੇ ਆ ਆਪਣਾ ਬੇਬੀ ਕਿੰਨਾ ਕੁ ਸਿਆਣਾ ਨਿਕਲੂ ਪਾਪਾ ਦੇਣਗੇ ਗੁੜ ਸਹੀ ਗੱਲ ਆ ਦੇਖ ਲਾ ਕੇ ਦੋਨਾਂ ਚ ਕੌਣ ਸਿਆਣਾ ਠੀਕ ਹੈ ਚਲੋ ਬਈ ਬਈ ਸਾਰੇ ਜਣੇ ਪਹਿਲਾਂ ਹੀ ਗੁੜਤੀ ਤੋਂ ਪਹਿਲਾਂ ਡਰਾਈ ਜਾਂਦੇ ਤੁਸੀਂ ਤਾਂ ਸਹੀ ਗੱਲ ਆ ਕਿਤੇ ਕਹੇ ਵੀ ਮੈਂ ਤਾਂ ਤਾਸ਼ ਖੇਡਣ ਰੈਕ ਸੈਂਟਰ ਜਾਣਾ ਪਰ ਵਾਲੀਬਾਲ ਦਾ ਪਲੇਅਰ ਤਾਂ ਬਣ ਸਕਦਾ ਦੇਖ ਅੱਜ ਵਾਲੀਬਾਲ ਦਾ ਪਲੇਅਰ ਬਣੂ ਪਾਪਾ ਪੁਲਿਸ ਚ ਵੀ ਜਾ ਸਕਦਾ ਕੈਨੇਡਾ ਪੁਲਿਸ ਛਿੱਕ ਮਾਰਦੀ ਸਾਡੇ ਤਾਂ ਲੜਾਈ ਪੈ ਗਈ ਉਹ ਕਹਿੰਦੇ ਦੋ ਨਾ ਉਹ ਕਹਿੰਦਾ ਦੇ ਦੋ ਇਧਰਲਾ ਬੰਦਾ ਕਹਿੰਦਾ ਦੇ ਦੋ ਪਾਪਾ ਮਾੜਾ ਦੇ ਦੋ ਮਾਸੀ ਜੀ ਕਹਿੰਦੇ ਬੇਚਾਰਾ ਇੱਕ ਦੋ ਜਣੇ ਆਪਣੇ ਗੁੜਤੀ ਦੇਣ ਵਾਲੇ ਇੱਧਰ ਵੀ ਬੈਠੇ ਆ ਠੀਕ ਆ ਮੰਨ ਲਓ ਮੇਰੀ ਗੱਲ ਸਾਰੀਆਂ ਚੀਜ਼ਾਂ ਇਹਨੇ ਫਸਟ ਟਾਈਮ ਅੱਜ ਜਿਵੇਂ ਹੋਸਪਿਟਲ ਦੇ ਵਿੱਚ ਹਨਾ ਫਸਟ ਟਾਈਮ ਇਹਨੇ ਮਤਲਬ ਕਿ ਦੁਨੀਆਦਾਰੀ ਜਿਹਨੇ ਐਡਮਿੰਟਨ ਦੀ ਮਤਲਬ ਗੱਡੀ ਚ ਪਹਿਲੀ ਵਾਰੀ ਸਫ਼ਰ ਕੀਤਾ ਤੇ ਘਰੇ ਇਹਨੇ ਪਹਿਲੀ ਵਾਰੀ ਪੈਰ ਪਾਇਆ ਅੱਜ ਇਹਨੇ ਪਹਿਲੀ ਵਾਰੀ ਹੁਣ ਜਿਵੇਂ ਮਤਲਬ ਗੁੜਤੀ ਦੇ ਰੂਪ ਦੇ ਵਿੱਚ ਮਿੱਠਾ ਟੇਸਟ ਕੀਤਾ ਹਨਾ ਇਸ ਤਰੀ ਭਾਈ ਮਿੱਠਾ ਰਹੀ ਹੁਣ ਆਪਣੇ ਪਰਿਵਾਰ ਦੇ ਵਿੱਚ ਤੇ ਕਿਤੇ ਮੈਨੂੰ ਲਾਂਬੇ ਵਾਲਾ ਕੰਮ ਨਾ ਹੋ ਜੇ ਲਾਂਬੇ ਵਾਲਾ ਕੰਮ ਕਰੇ ਮੁੜ ਕੇ ਅਸੀਂ ਮੁੜਨਾ ਨਹੀਂ ਆਉਣਾ ਕਰੇਲੇ ਜਿੰਨੇ ਕਹਿੰਦੇ ਇੱਕ ਪਤਾ ਨੀ ਨਿੰਮ ਤੇ ਕਰੇਲਾ ਨਿੰਮ ਤੇ ਮੇਰਾ ਇਹ ਕਰੇਲਾ ਉਹ ਤਾਂ ਚੜ ਗਿਆ ਨਿੰਮ ਤੇ ਮੇਰਾ ਹੋਊਗਾ ਜਿਹੜੀ ਇਹਦੀ ਸ਼ੂਗਰ ਲੋ ਸੀਗੀ ਹੁਣ ਇੰਡੀਆ ਦੇ ਵਿੱਚ ਕਹਿ ਦਿੰਦੇ ਨੇ ਸ਼ੂਗਰ ਲੋ ਹੋ ਗਈ ਹੈਨਾ ਹੋਰ ਮਿੱਠਾ ਦਿਓ ਬੰਦਾ ਦੇ ਕਿਉਂ ਮਾਸੀ ਜੀ ਪਾਵਨ ਦੀ ਕੋਲੀ ਖੋਲੋ
ਪਵਨ ਦੀ ਤੁਸੀਂ ਉਦਾਂ ਮੰਨਦੇ ਆ ਨਾ ਵੀ ਇੰਡੀਆ ਦੇ ਵਿੱਚ ਕਿਸੇ ਬੱਚੇ ਨੂੰ ਸ਼ੂਗਰ ਕਿਉਂ ਨੀ ਪ੍ਰੋਬਲਮ ਹੁੰਦੀ ਜਦੋਂ ਉਹਨੂੰ ਹਸਪੀਟਲ ਤੋਂ ਲੈ ਜਾਂਦੇ ਨੇ ਘਰੇ ਜਾਂਦੇ ਸਾ ਗੁੜਤੀ ਦੇਂਦੀ ਗੁੜ ਦੀ ਹਾਂ ਪਰ ਹਾਂ ਵੀ ਡਰਦੇ ਆ ਗੁੜਤੀ ਤੋਂ ਕਿਉਂਕਿ ਆਪਾਂ ਨੂੰ ਇੱਥੇ ਇੱਥੇ ਲੋਕੀ ਹਾਂ ਮਾਸੀ ਜੀ ਇੱਥੇ ਜਿਵੇਂ ਡਾਕਟਰ ਕਹਿ ਦਿੰਦੇ ਆ ਨਾ ਉਪਰੋਂ ਪ੍ਰੀ ਮੈਚਿਓਰ ਆ ਜਿਹੜੀ ਨੂੰ ਜਿਵੇਂ ਡਾਕਟਰ ਹੁੰਦੇ ਇੰਡੀਆ ਚ ਤਾਂ ਹੀ ਸ਼ੂਗਰ ਸ਼ੂਗਰ ਲੋਅ ਨੀ ਹੁੰਦੀ ਉਹ ਨਾਲ ਦੀ ਨਾਲ ਗੁੜਤੀ ਦੇ ਦਿੰਦੇ ਨੇ ਘਰੇ ਜਾ ਕੇ ਕਦੇ ਸ਼ੂਗਰ ਸ਼ਾਗਰ ਸਾਰੇ ਪੂਰਾ ਸੈੱਟ ਹੋ ਜਾਂਦਾ ਪਰ ਆਪਣੇ ਆਪਣੇ ਬੇਬੀ ਨੂੰ ਗੁੜਤੀ ਸਭ ਤੋਂ ਪਹਿਲਾਂ ਡਾਕਟਰ ਨੇ ਦਿੱਤੀ ਉਹਨੇ ਜਿਹੜੀ ਸ਼ੂਗਰ ਜਿਹੜੀ ਦਿੱਤੀ ਸੀ ਇੱਕ ਹਿਸਾਬ ਨਾਲ ਹਾਂ ਚਾ ਸ਼ਗਨ ਹੋ ਗਿਆ ਆਪਣਾ ਹਾਸਲੇ ਇੰਨਾ ਚਿਰ ਬੰਦਾ ਸਾਰੀ ਲਾਈਫ ਪੁੱਛਦਾ ਗੁੜਤੀ ਕਿਹਨੇ ਦਿੱਤੀ ਸੀ ਨਾ ਐਂ ਜੇ ਹੋ ਜਾਂਦਾ ਬੰਦੇ ਨੂੰ ਗੁੜਤੀ ਵੀ ਦੇਤੀ ਹੁਣ ਮੈਂ ਸਾਨੂੰ ਐਂਡ ਤੇ ਖਾਣ ਲੱਗੇ ਸਾਰਿਆਂ ਨੇ ਪੀਜ਼ਾ ਖਾ ਲਿਆ ਦਿਲ ਤਾਂ ਕਰਦਾ ਸੀਗਾ ਖਾਣ ਨੂੰ ਤੇ ਪਰ ਮੇਰੇ ਲਈ ਤਾਂ ਫੇਰ ਬਣੀ ਅੱਜ ਖਿਚੜੀ ਸੋ ਖਿਚੜੀ ਮੈਂ ਖਾਊਂਗੀ ਹੁਣ ਦੁੱਧ ਪਾ ਕੇ ਠੰਡਾ ਠੰਡਾ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਅੱਧੇ ਲੋਕੀ ਖਾਂਦੇ ਨੇ ਦਹੀਂ ਦੇ ਨਾਲ ਮੈਂ ਖਾਊਂਗੀ ਦੁੱਧ ਦੇ ਨਾਲ ਫਿਰ ਆਪਣਾ ਵਲੌਗ ਐਂਡ ਠੀਕ ਹੈ ਜੀ ਫਿਰ ਆਪਾਂ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਸਾਰੇ ਜਣੇ ਬੈਠੇ ਆਪਣੇ ਡੈਕੋਰੇਸ਼ਨ ਹੋਈ ਵੀ ਆ ਡੈਕੋਰੇਸ਼ਨ ਨੂੰ ਇਹ ਹਫ਼ਤਾ ਰੱਖਾਂਗੇ ਕਿਉਂਕਿ ਆਪਾਂ ਸੇਰੇ ਵੀ ਬੰਨਣੇ ਆ ਹਨਾ ਪਵਨ ਦੀ ਅਗਲੇ ਵੀਕਐਂਡ ਮੇ ਵੀ ਹਨਾ ਚਲੋ ਜੀ ਹਾਂ ਦੀਪਾਂ ਦੀ ਮੈਂ ਕਿਹਾ ਆਪਣੀ ਡੈਕੋਰੇਸ਼ਨ ਦਾ ਜਿਹੜੀ ਅਗਲੇ ਵੀਕ ਤੱਕ ਰਹਿਣੀ ਅਗਲੇ ਵੀਕ ਸੇਰੇ ਬੰਨਣੇ ਆ ਤੇ ਉਹ ਡੈਕੋਰੇਸ਼ਨ ਚੱਲ ਜੂਗੀ ਓਕੇ ਜੀ ਓਕੇ ਲਓ ਜੀ ਮਹਿਮਾਨ ਹੌਲੀ ਹੌਲੀ ਕਰਕੇ ਜਾਣਾ ਸ਼ੁਰੂ ਕਰਤਾ ਮਹਿਮਾਨਾਂ ਨੇ ਹਾਂ ਬਿਲਕੁਲ 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 ਇੱਕ ਮਿੰਟ ਚੱਲਦਾ ਪੱਖਾ ਇਹ ਚਾਰਜ ਕਰਨ ਵਾਲਾ ਲਓ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਉੱਪਰ ਦੇਖੋ ਬੱਚਾ ਲੋਕ ਕਿੱਦਾਂ ਰੌਲਾ ਪਾ ਰਹੇ ਨੇ ਸਾਰੇ ਮਸਤ ਨੇ ਇੱਕ ਦੂਜੇ ਦੇ ਵਿੱਚ ਘਰ ਸਜਾ ਰੱਖਿਆ ਹੈ ਵੀ ਮੈਂ ਉੱਪਰ ਆਈ ਸੀ ਗਾਇਸ ਤੇ ਦੇਖੋ ਬੜਾ ਸੋਹਣਾ ਘਰ ਸਜਾਇਆ ਲੋ ਸਾਰੇ ਉੱਪਰ ਵੀ ਬਲੂਨ ਹੀ ਬਲੂਨ ਲਾਏ ਆ ਬੇਬੀ ਦੀ ਖੁਸ਼ੀ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਆਪਾਂ ਦੇਖਦੇ ਹਾਂ ਰੂਮ ਦੇ ਵਿੱਚ ਵੀ ਲੈ ਕੰਗਰੈਟਸ ਕਿੰਨਾ ਸੋਹਣਾ ਸਜਾਇਆ ਹੈ ਨਾ ਮੰਮੀ ਸਾਰਿਆਂ ਨੇ ਹਾਂ ਪਵਨ ਦੀ ਨੇ ਬਹੁਤ ਸੋਹਣਾ ਅੱਛਾ ਬਲੈਂਕ ਆਹ ਬੈੱਡਸ਼ੀਟ ਵਿਛਾਤੀ ਸੀਗੀ ਇਹ ਵੀ ਸੋਹਣੀ ਲੱਗਦੀ ਹੈ ਨਾ ਹਾਂ ਠੀਕ ਹੈ ਚਲੋ ਵਧੀਆ ਰਾਤ ਦੀ ਚਾਹ ਆ ਗਈ
मॉर्निंग मिलते मॉर्निंग डॉक्टर ने आना घरे थोड़ा चेकअप कर फिर आप मॉर्निंग मिलते हैं गाइज आप नैक्सट ब्लॉग मिलेंगे थोड़ा ना अपडेट शेयर करा सारिया दिखावे सारा कुछ जी जिन्होंने साडा चैनल नहीं सबसक्राइब किया हरमन ब्यूटी प्लीज साडा चैनल सबसक्राइब कर लो ओके जी बाय बाय।